ਸਾਰਾ ਹੈ ਇੱਕ ਖੇਲਾ ਵੇਖੀ ਰਜਗ ਦਾ ਹੁਣ ਤੇ ਮੇਲਾ ਜੀਵਨ ਸਾਰਾ ਖੇਲਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਚੁੰਮ ਕੇ ਗਏ ਸਤਿ ਸ਼੍ਰੀ ਅਕਾਲ ਖੁਸ਼ੀਆਂ ਖੇੜੇ ਸਾਡੇ ਵੇੜੇ ਦੇਖ ਰਹੇ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤਜਰਬਿਆਂ ਦੀ ਜਿਹੜੀ ਹੈ ਉਹ ਸੀਰੀਜ਼ ਚੱਲ ਰਹੀ ਹੈ ਅਸੀਂ ਰੋਜ਼ ਤੁਹਾਡੇ ਲਈ ਕਿਸੇ ਨਾ ਕਿਸੇ ਭਾਈਪੈਣ ਦਾ ਇੱਕ ਨਵਾਂ ਤਜਰਬਾ ਲੈ ਕੇ ਆ ਰਹੇ ਹਾਂ ਅਤੇ ਅੱਜ ਜੋ ਹਸਤੀ ਸਾਡੇ ਨਾਲ ਆਪਣਾ ਤਜਰਬਾ ਸ਼ੇਅਰ ਕਰਨ ਜਾ ਰਹੇ ਨੇ ਉਹ ਪੰਜਾਬ ਤੋਂ ਨੇ ਪਰ ਅਜੇ ਫਿਲਹਾਲ ਉਹ ਆਸਟ੍ਰੇਲੀਆ ਤੋਂ ਰਹਿੰਦੇ ਨੇ ਤੇ ਆਸਟ੍ਰੇਲੀਆ ਤੋਂ ਹੀ ਵਿਸ਼ੇਸ਼ ਰੂਪ ਵਿੱਚ ਇੱਥੇ ਆਏ ਹੋਏ ਨੇ ਤੇ ਉਹਨਾਂ ਦਾ ਤਜਰਬਾ ਸੁਣਾਂਗੇ ਕਿ ਕਿਵੇਂ ਰਾਜయోగ ਅਤੇ ਮੈਡੀਟੇਸ਼ਨ ਨੇ ਉਹਨਾਂ ਦੀ ਲਾਈਫ ਨੂੰ ਬਦਲਿਆ ਹੈ ਤੇ ਆਉ ਗੱਲ ਕਰਦੇ ਆ ਉਹਨਾਂ ਨਾਲ ਤੇ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਪ੍ਰੋਗਰਾਮ ਵਿੱਚ ਸਤਿ ਸ਼੍ਰੀ ਅਕਾਲ ਸ਼ੀਤਲ ਜੀ ਸਤਿ ਸ਼੍ਰੀ ਅਕਾਲ ਜੀ ਓਮ ਸ਼ਾਂਤੀ ਆ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆ ਸ਼ੀਤਲ ਜੀ ਆ ਤੁਸੀਂ ਆ ਤੁਹਾਨੂੰ ਦੇਖ ਕੇ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਬੜੀ ਤੁਹਾਡੀ ਚੀਰਫੁਲ ਪਰਸਨੈਲਿਟੀ ਹੈ ਬਿਲਕੁਲ ਰਾਜਯੋਗ ਮੈਡੀਟੇਸ਼ਨ ਨੇ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਬਖਸ਼ਿਆ ਹੈ ਤੇ ਅਸੀਂ ਇਹੋ ਜਾਨਣਾ ਚਾਹਾਂਗੇ ਕਿ ਤੁਸੀਂ ਤੁਹਾਡੀ ਸ਼ੁਰੂਆਤ ਕਿੱਦਾਂ ਹੋਈ ਬ੍ਰਹਮਾ ਕੁਮਾਰੀ ਸੰਸਥਾ ਦੇ ਵਿੱਚ ਕਿਵੇਂ ਤੁਸੀਂ ਇਹਨਾਂ ਦੇ ਸੰਪਰਕ ਵਿੱਚ ਆ ਸੋ ਬ੍ਰਹਮ ਕੁਮਾਰੀਸ ਦੇ ਸੰਪਰਕ ਵਿੱਚ ਆਉਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂਗੀ ਮੇਰੀ ਬੈਕਗ੍ਰਾਉਂਡ ਸੋ ਮੈਂ ਇੰਡੀਆ ਵਿੱਚ ਹੀ ਪੈਦਾ ਹੋਈ ਸੀ ਤੇ ਮੇਰੀ ਜੋ ਮੰਮੀ ਹੈ ਉਹ ਟੀਚਰ ਹੈਗੇ ਹਨ ਟੀਚਰ ਹੈਗੇ ਸੀਗੇ ਤੇ ਉਹਨਾਂ ਨੇ ਮੈਨੂੰ ਸਾਨੂੰ ਸ਼ੁਰੂ ਤੋਂ ਹੀ ਨਾ ਵੈਰੀ ਬਹੁਤ ਗਿਆਨ ਦੀਆਂ ਗੱਲਾਂ ਦੱਸਦੇ ਸੀਗੇ ਸੰਸਕਾਰ ਪਾਉਂਦੇ ਸੀਗੇ ਨਮਰ ਹੋ ਕੇ ਕਿੱਦਾ ਰਹਿਣਾ ਹੈ ਤੇ ਪਰਮਾਤਮਾ ਨੂੰ ਯਾਦ ਕਰਕੇ ਚੰਗੇ ਕੰਮ ਕਿੱਦਾ ਕਰਨੇ ਹੈ ਦੂਸਰੇ ਆਨੂੰ ਨਹੀਂ ਦੇਖਣਾ ਆਪਣੇ ਵੱਲ ਦੇਖਣਾ ਹੈ ਤੇ ਇਹ ਇਸ ਤਰ੍ਹਾਂ ਦੇ ਬੀਜ ਪਾਇ ਸੀਗੇ ਸਾਡੇ ਬਚਪਨ ਦੋਈ ਮੇਰੇ ਤੇ ਮੇਰੇ ਭੈਣਾ ਵਿੱਚ ਅੱਛਾ ਜੀ ਫਿਰ ਵਿਆਹ ਵਾਦ ਮੈਂ ਜਦ ਆਸਟ੍ਰੇਲੀਆ ਆਈ ਤੇ ਉੱਥੇ ਮੈਂ ਚੱਕਰ ਚੌਂ ਦੀ ਦੁਨੀਆ ਵਿੱਚ ਆ ਗਈ ਹਾਂਜੀ ਤੇ ਬਾਹਰ ਮੁਕਤਾ ਬੜੀ ਆ ਗਈ ਦੂਸਰਾ ਵੱਲ ਦੇਖਣ ਲੱਗ ਪਈ ਹਾਂਜੀ ਤੇ ਕੰਪੈਰੀਜ਼ਨ ਕੰਪੀਟੀਸ਼ਨ ਦੀ ਭਾਵਨਾ ਆ ਗਈ ਜੀ ਮੇਰੇ ਵਿੱਚ ਸੇ ਹਰ ਵੱਲੇ ਹਰ ਵੇਲੇ ਮੈਨੂੰ ਇਹ ਲੱਗਦਾ ਸੀ ਕਿ ਉਹ ਮੇਰੇ ਤੋਂ ਵੱਧ ਵਧੀਆ ਹੈ ਉਹਨਾਂ ਦਾ ਕਰ ਵਧੀਆ ਹੈ ਉਹਨਾਂ ਦਾ ਸਕੂਲ ਬੈਟਰ ਹੈ ਸੋ ਬੱਚੇ ਵੀ ਹੈ ਮੇਰੇ ਦੋ ਟੂ ਗਰਲਸ ਔਰ ਉਸ ਤੋਂ ਬਾਅਦ ਧੀਰੇ ਧੀਰੇ ਮੇਰੀ ਅੰਦਰ ਦੀ ਖੁਸ਼ੀ ਜਾਂਦੀ ਗਈ ਸੋ ਇੱਕ ਐਸੀ ਸਟੇਜ ਆ ਗਈ ਆਫਟਰ ਫਿਊ ইয়ারਸ ਕਿ ਮੈਂ ਨਾ ਥੋੜਾ ਡਿਪਰੈਸ਼ਨ ਵਿੱਚ ਜਾਣ ਲੱਗ ਪਈ ਤੋ ਸਿਸਟਰ ਸ਼ਿਵਾਨੀ ਨੇ ਤਾਂ ਸਾਰੀ ਦੁਨੀਆ ਜਾਣਦੇ ਆ ਸਾਰੇ ਸੁਣਦੇ ਆ ਤੇ ਮੈਂ YouTube ਤੇ ਉਹਨਾਂ ਨੂੰ ਸੁਣਦੀ ਸੀ ਤੇ ਮੈਨੂੰ ਪਤਾ ਸੀ ਬ੍ਰਾਹਮਾ ਕੁਮਾਰੀਜ਼ ਦੇ ਵਾਸਤੇ ਦੇ ਬਾਰੇ ਹਾਂਜੀ ਫਿਰ ਇੱਕ ਦਿਨ ਮੈਂ ਰੋਂਦੀ ਰੋਂਦੀ ਐਕਚੁਅਲੀ ਮੈਂ ਵਾ ਉੱਥੇ ਸ਼ਿਵ ਰਾਤਰੀ ਵਾਲੇ ਦਿਨ ਮੰਦਿਰ ਗਈ ਸੀ ਤੇ ਉੱਥੇ ਇਨਾਦੀ ਬ੍ਰਾਹਮਾ ਕੁਮਾਰੀਜ਼ ਦੀ ਐਗਜ਼ੀਬਿਸ਼ਨ ਲੱਗੀ ਹੋਈ ਸੀ ਆਸਟ੍ਰੇਲੀਆ ਵਿੱਚ ਹਾਂਜੀ ਹਾਂਜੀ ਮੰਦਿਰ ਵਿੱਚ ਲੱਗਦਾ ਹੈ ਏਵਰੀ ਈਅਰ ਆਸਟ੍ਰੇਲੀਆ ਕਿਹੜੀ ਸਿਟੀ ਮੈਲਬਨ ਮੈਲਬਨ ਚ ਅੱਛਾ ਜੀ ਤੋ ਵਾ ਐਗਜ਼ੀਬਿਸ਼ਨ ਵਿੱਚ ਮੈਂ ਦੇਖਿਆ ਵਾਈਟ ਕੱਪੜਿਆਂ ਵਾਲੇ ਦੀਦੀਆਂ ਤੇ ਮੈਂ ਸਮਝ ਗਈ ਬ੍ਰਹਮਾ ਕੁਮਾਰੀਸ ਐ ਤੇ ਮੈਂ ਉਹਨਾਂ ਦੇ ਕੋਲ ਗਈ ਐਂਡ ਰੋਨ ਲੱਗ ਪਈ ਸੇ ਉਹ ਕਹਿੰਦੇ ਕਿ ਤੁਸੀਂ ਸਾਡੇ ਕੋਲ ਆਓ ਕੋਰਸ ਕਰੋ ਸੱਤ ਦਿਨ ਦਾ ਸਭ ਠੀਕ ਹੋ ਜਾਏਗਾ ਅੱਛਾ ਜੀ ਐਂਡ that was one day and today is other day इट्स ਅ ਜਰਨੀ ਆ ਕਾਫੀ ਦਿਲਚਸਪ ਹੈ ਕਿ ਪਰਮਾਤਮਾ ਆਇਆ ਤਾਂ ਭਾਰਤ ਵਿੱਚ ਹੈ ਨਾ ਪਰਮਾਤਮਾ ਭਾਰਤ ਦੀ ਜਿਹੜੀ ਐ ਉਹ ਜਨਮ ਭੂਮੀ ਪਰਮਾਤਮਾ ਦੀ ਭਾਰਤੀ ਹੈ ਪਰ ਤੁਹਾਨੂੰ ਪਰਮਾਤਮਾ ਦਾ ਪਰਿਚੇਅ ਮਿਲਿਆ ਉਹ ਫੋਰਨ ਵਿੱਚ ਦੂਸਰੇ ਉਹ ਵੀ ਸ਼ਿਵਰਾਤਰੀ ਵਾਲੇ ਉਹ ਵੀ ਸ਼ਿਵਰਾਤਰੀ ਵਾਲੇ ਦਿਨ ਉਹ ਵੀ ਮੰਦਿਰ ਵਿੱਚ ਪਰਮਾਤਮਾ ਉਹ ਵੀ ਮੰਦਿਰ ਵਿੱਚ ਚਲੋ ਬਹੁਤ ਅੱਛਾ ਹੈ ਅੱਛਾ ਤੇ ਫਿਰ ਤੁਸੀਂ ਉੱਥੇ ਅਪਰੋਚ ਜਦੋਂ ਕੀਤਾ ਤੇ ਫਿਰ ਤੁਸੀਂ ਗਏ ਉਹਨਾਂ ਦੇ ਸੈਂਟਰ ਤੁਹਾਡੇ ਕੋਲ ਸੀਗਾ ਆਸ਼ਰਮ ਮੈਲਬਨ ਦੇ ਵਿੱਚ ਆ ਆਸ਼ਰਮ ਮੋਸਟਲੀ ਦਾਦਾ ਕੋਲ ਤੇ ਨਹੀਂ ਹੁੰਦੇ 40 45 ਮਿੰਟਸ ਡਰਾਈਵ ਹੁੰਦੀ ਹੈ ਲੇਕਿਨ ਉਥੇ ਰੋਜ਼ ਰੋਜ਼ ਜਾਇਆ ਵੀ ਨਹੀਂ ਜਾਂਦਾ ਸਾਰੇ ਜੌਬ ਕਰਦੇ ਆ ਮੈਂ ਵੀ ਜੌਬ ਕਰਦੀ ਆ ਬੱਚੇ ਵੀ ਹੁੰਦੇ ਆ ਤੇ ਉਹਨਾਂ ਦਾ ਸਕੂਲ ਮੇਰੀ ਜੌਬ ਤੇ ਕੋਈ ਵੀ ਰੋਜ਼ ਰੋਜ਼ ਅਨਲੈਸ ਆਪ ਬਹੁਤ ਪਾਸ ਰਹਤੇ ਹੋ ਹਾਂਜੀ ਥੈਨ ਯੂ ਕੈਨ ਗੋ ਅਦਰਵਾਈਜ਼ ਵੀਕੈਂਡ ਵਿੱਚ ਹੀ ਜਾਂਦੇ ਆ ਮੋਸਟਲੀ ਅਸੀਂ ਜੀ ਜੀ ਔਰ ਪ੍ਰੋਗਰਾਮ ਕੋਈ ਹੁੰਦਾ ਹੈ ਤਾਂ ਸਾਰੀ ਮੈਲਬਨ ਫੈਮਿਲੀ ਪੂਰੀ ਵੀਕੇ ਫੈਮਿਲੀ ਇਕੱਠੀ ਹੋ ਜਾਂਦੀ ਹੈ ਰਿਟਰੀਟ ਸੈਂਟਰ ਸੋ ਉਹ ਜਸਟ 30 ਮਿੰਟ ਦੂਰ ਹੈ ਮੇਰੇ ਕਹਰਾਂ ਡਰਾਈਵ ਅੱਛਾ ਜੀ ਸੇ ਤੇ ਮੈਂ ਜਿਆਦਾ ਦੂਰ ਨਹੀਂ ਹੈ ਇਹ ਵੀ ਅੱਛਾ ਹੈ ਹਾਂਜੀ ਵੀਕੈਂਡ ਵਿੱਚ ਜਾਇਆ ਜਾ ਸਕਦਾ ਹੈ ਹਾਂਜੀ ਠੀਕ ਹੈ ਨਹੀਂ ਬਹੁਤ ਵਧੀਆ ਅੱਛਾ ਤੇ ਫਿਰ ਤੁਸੀਂ ਜਦੋਂ ਗਏ ਹੋ ਪਹਿਲੇ ਦਿਨ ਆਸ਼ਰਮ ਹਨਾ ਉਦੋਂ ਕੀ ਤੁਸੀਂ ਅਨੁਭਵ ਕੀ ਕੀਤਾ ਉਹ ਜਰੂਰ ਸਾਨੂੰ ਦੱਸੋ ਪਹਿਲੇ ਤੇ ਮੈਂ ਗੀਤਾ ਪਾਠਸ਼ਾਲਾ ਗਈ ਸੀ ਅ ਕੋਰਸ ਲੈਂਡ 2017 ਵਿੱਚ ਤੇ ਮੈਂ 2017 ਹਾਂਜੀ 2017 ਵਿੱਚ ਮੈਂ ਤੇ ਮੇਰੇ ਹਸਬੰਦ ਦੋਨੋਂ ਗਏ ਸੀ ਹਾਂਜੀ ਔਰ 7 ਦਿਨ ਦਾ ਕੋਰਸ ਕਿਤਨਾ ਬਟ ਬਿਕੋਜ਼ ਉਸ ਵੇਲੇ ਮੈਂ ਬੜੀ ਡਿਪਰੈਸਡ ਫੀਲ ਕਰਦੀ ਸੀ ਤੇ ਮੈਨੂੰ ਕੁਝ ਜ਼ਿਆਦਾ ਸਮਝ ਨਹੀਂ ਆ ਰਿਹਾ ਸੀ ਮੈਂ ਕਿਸੇ ਔਰ ਹੀ ਦੁਨੀਆ ਵਿੱਚ ਸੀ ਆਮ ਇੱਕ ਲਾਈਫਸਟਾਈਲ ਜਿਹੜਾ ਅੱਜ ਹੈਗਾ ਹੈ ਮਾਡਰਨ ਲਾਈਫਸਟਾਈਲ ਕਿ ਆਪਣੇ ਆਪ ਨੂੰ ਥੋੜਾ ਹਰ ਵੇਲੇ ਫੀਲ ਕਰਦੇ ਰਹੇ ਨਹੀਂ ਦੂਸਰਾ ਮੇਰੇ ਤੋਂ ਜ਼ਿਆਦਾ ਚੰਗਾ ਹੈ ਹੈਨਾ ਤੇ ਵਿਦੇਸ਼ਾਂ ਵਿੱਚ ਤਾਂ ਹੋਰ ਵੀ ਜ਼ਿਆਦਾ ਹੈ ਫਿਰ ਬੀਇੰਗ ਅ ਇੰਡੀਅਨ ਫਿਰ ਸਾਨੂੰ ਜ਼ਿਆਦਾ ਉੱਥੇ ਫੀਲ ਹੁੰਦਾ ਇਨਫੀਰੀਓਰਿਟੀ ਕੰਪਲੈਕਸ ਹੁੰਦਾ ਹੈ ਹੈਨਾ ਹਾਂਜੀ ਨਹੀਂ ਨਾਟ ਬੀਇੰਗ ਅ ਇੰਡੀਅਨ ਲੇਕਿਨ ਬੇਸਿਕਲੀ ਕੰਪੈਰੀਜ਼ਨ ਹਰ ਚੀਜ਼ ਵਿੱਚ ਕੰਪੈਰੀਜ਼ਨ ਅਸੀਂ ਅਜ ਅਸੀਂ ਜੇ ਕਰੀਏ ਕੰਪੈਰੀਜ਼ਨ ਕਰ ਵਿੱਚ ਸਕੂਲ ਵਿੱਚ ਬੱਚਾ ਕਿਦਾਂ ਹੈ ਅਸੀਂ ਕਿਦਾਂ ਲੱਗ ਰਹੇ ਹਾਂ ਕੱਪੜੇ ਕਿਦਾਂ ਹੈ ਕਾਰ ਕਿਦਾਂ ਹੈ ਹੋੜ ਲੱਗੀ ਹੋਈ ਹੈ ਨਾ ਦੁਨੀਆ ਵਿੱਚ ਇਟਸ ਇਟਸ ਨਾਟ ਓਨਲੀ ਆਸਟ੍ਰੇਲੀਆ ਇਨ ਇਨ ਇੰਡੀਆ ਆਲਸੋ ਪੂਰੀ ਦੁਨੀਆ ਵਿੱਚ ਹੋੜ ਲੱਗੀ ਹੈ ਕੰਪੈਰੀਜ਼ਨ ਕੰਪੀਟੀਸ਼ਨ ਬਹੁਤ ਜਿਆਦਾ ਹੋ ਗਿਆ ਹਾਂਜੀ ਉਸ ਕਾਰਨ ਤੁਸੀਂ ਹੈ ਨਾ ਮੈਂ ਬੜਾ ਆਪਣੇ ਆਪ ਨੂੰ ਮੇਰੀ ਸੈਲਫ ਰਿਸਪੈਕਟ ਆਈ ਲੌਸਟ ਇਟ ਤੋ ਕੌਨਫੀਡੈਂਸ ਵੀ ਕਮ ਹੋ ਗਿਆ ਤੋ ਆਪਣੇ ਉਤੇ ਵਿਸ਼ਵਾਸ ਕਮ ਹੋ ਗਿਆ ਤੋ ਉਸ ਵਜ੍ਹਾ ਤੋਂ ਮੈਂ ਨਾ ਖੁਸ਼ ਰਹਿੰਦੀ ਸੀ ਮੈਂ ਕਰਦਾ ਕੰਮ ਵੀ ਨਹੀਂ ਕਰ ਪਾ ਰਹੀ ਸੀ ਮੈਂ ਕੁਝ ਢੂੰਡ ਰਹੀ ਸੀ ਲੱਭ ਰਹੀ ਸੀ ਤੁਸੀਂ ਕੁਝ না ਕੁਝ ਹਾਂ ਮਤਲਬ ਕੁਝ ਮਿਸ ਸੀਗਾ ਤੁਹਾਨੂੰ ਲੱਗਦਾ ਕਿ ਸਭ ਕੁਝ ਵਾਸ ਮਿਸਿੰਗ ਯਾ ਮਤਲਬ ਸਭ ਕੁਝ ਹੁੰਦਿਆ ਹੈ ਵੀ ਜੋ ਖੁਸ਼ੀ ਸੀਗੀ ਉਹ ਨਹੀਂ ਸੀ ਕੋਲ ਜੀ ਨਹੀਂ ਤੇ ਤੁਸੀਂ ਕੁਝ ਨਾ ਕੁਝ ਅੰਦਰੋਂ ਖੋਜ ਸੀਗੀ ਕਿਸੇ ਚੀਜ਼ ਦੀ ਲੱਭ ਰਹੀ ਸੀ ਤੇ ਸੱਚੀ ਖੁਸ਼ੀ ਐਕਚੁਅਲੀ ਹੈਨਾ ਤੇ ਸੱਚੀ ਖੁਸ਼ੀ ਤੁਹਾਨੂੰ ਇੱਥੇ ਆ ਕੇ ਮੇਰੀ ਬ੍ਰਹਮਾ ਕੁਮਾਰੀ ਜੀ ਦੇ ਕੋਲ ਜੀ ਬਿਲਕੁਲ ਹਾਂ ਫਿਰ ਪਹਿਲੇ ਦਿਨ ਦੇ ਕੋਰਸ ਦੇ ਵਿੱਚ ਕੀ ਸਿੱਖਿਆ ਪਹਿਲੇ ਦਿਨ ਦੇ ਕੋਰਸ ਵਿੱਚ ਤੇ ਜਸ ਆਮ ਆਤਮਾ ਦਾ ਪਾਠ ਪੜਿਆ ਤੇ ਪਤਾ ਤੋਂ ਸਾਨੂੰ ਪਹਿਲੇ ਤੋਂ ਐ ਬਚਪਨ ਤੋਂ ਹੀ ਐ ਅਸੀਂ ਆਤਮਾ ਐ ਬਟ ਉਹਨੂੰ ਰਿਅਲਾਈਜ਼ ਕਰਨਾ ਆਤਮਾ ਦੀ ਸ਼ਕਤੀ ਕੀ ਐ ਪਰਮਾਤਮਾ ਕੌਣ ਐ ਪਰਮਾਤਮਾ ਦਾ ਨਾਲ ਸਾਡਾ ਰਿਸ਼ਤਾ ਕੀ ਐ ਜਦੋਂ ਡੇ ਬਾਏ ਡੇ ਐਸਾਰਾ ਕੁਝ ਪਤਾ ਚੱਲਦਾ ਗਿਆ ਤੂੰ ਪ੍ਰੈਕਟਿਸ ਵੀ ਕਰਦੇ ਸੀਗੇ ਜੋ ਵੀ ਸਾਨੂੰ ਹੋਮਵਰਕ ਮਿਲਦਾ ਸੀ ਟੀਚਰ ਵੱਲੋਂ ਸੋ ਸੁਮਾਨ ਐਂਡ ਆਲ ਸੋ ਜਦ ਪ੍ਰੈਕਟਿਸ ਕਰਦੇ ਸੀ ਔਰ ਗਿਆਨ ਨੂੰ ਰਿਵਾਈਜ਼ ਕਰਦੇ ਸੀ ਐਂਡ ਮੈਡੀਟੇਸ਼ਨ ਸਿੱਖੀ ਪਰਮਾਤਮਾ ਨਾਲ ਕਨੈਕਟ ਕਰਨਾ ਸਿੱਖਿਆ ਤੇ ਸ਼ਕਤੀ ਆਈ ਅੰਦਰ ਸ਼ਕਤੀ ਆਣੀ ਸ਼ੁਰੂ ਹੋਈ ਲੱਗਿਆ ਕਿ ਅਸੀਂ ਦੂਸਰੇ ਵਾਲ ਕਿਉਂ ਦੇਖ ਰਹੇ ਆ ਸਾਡਾ ਤਾਂ ਪਰਮਾਤਮਾ ਹੈ ਐਂ ਜੇ ਜਦ ਅਸੀਂ ਮੁਰਲੀ ਪੜਨੀ ਸ਼ੁਰੂ ਕਰ ਲਈ ਕੀਤੀ ਤਾਂ ਤੇ ਔਰ ਵੀ ਪਿਆਰ ਹੋ ਗਿਆ ਪਰਮਾਤਮਾ ਨਾਲ ਮਿੱਠੇ ਬੱਚੇ ਮਿੱਠੇ ਬੱਚੇ ਹਾਂ ਅੱਛਾ ਐਸੀ ਪਾਲਣਾ ਮਿਲਦੀ ਹੈ ਹੈਨਾ ਬੜੀ ਅੱਛੀ ਪਾਲਣਾ ਮਿਲੀ ਬਹੁਤ ਅੱਛਾ ਪਰਮਾਤਮਾ ਹੀ ਬੁਲਾ ਸਕਦਾ ਹੈ ਜੀ ਹਰ ਰੋਜ਼ ਮਿੱਠੇ ਬੱਚੇ ਮਿੱਠੇ ਬੱਚੇ ਕਾ ਕੇ ਸਾਨੂੰ ਮਿੱਠਾ ਬਣਾ ਦਿੰਦਾ ਹੈ ਹੈਨਾ ਚਲੋ ਬਹੁਤ ਵਧੀਆ ਜੀ ਤੇ ਫਿਰ ਤੁਸੀਂ ਦੱਸਿਆ ਜਿਵੇਂ ਕਿ ਤੁਹਾਡੇ ਮਾਤਾ ਜੀ ਨੇ ਹੀ ਇੱਕ ਐਜ਼ ਅ ਟੀਚਰ ਤੁਹਾਡੇ ਅੰਦਰ ਕਾਫੀ achhiyan values ਉਹਨਾਂ ਨੇ ਪਾਈਆਂ ਹੀ ਸੀਗੀਆਂ ਹਾਂਜੀ ਤੇ ਜੋ achhiyan ਗੱਲਾਂ ਦੀ ਗੁੜਤੀ ਤੁਹਾਨੂੰ ਮਿਲੀ ਹੋਈ ਸੀ ਆਪਣੇ ਮਾਤਾ ਜੀ ਤੋਂ ਹੀ ਮਿਲੀ ਹੈ ਹੈਨਾ ਨਮਰਤਾ ਪੂਰਵਕ ਰਹਿਣਾ ਇੱਥੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਬ੍ਰਹਮਾ ਕੁਮਾਰੀ ਸਕੂਲੋਂ ਰਾਜਯੋਗ ਤੇ ਨਾਲ ਤੁਸੀਂ ਤੁਹਾਨੂੰ ਕੀ ਲੱਗਾ ਕਿ ਕਿਹੜੀ ਚੀਜ਼ ਬਹੁਤ ਅੱਛਾ ਗੁਣ ਹੈ ਜਿਹੜਾ ਤੁਸੀਂ ਜਿਹਨੂੰ ਬਹੁਤ ਧਾਰਨ ਕਰਦੇ ਹੋ ਜਾਂ ਕੋਈ ਐਸੀ ਸਹਿਨ ਸ਼ਕਤੀ ਤੁਹਾਡੀ ਬਧੀ ਤੁਹਾਡਾ ਗੁੱਸਾ ਘੱਟ ਹੋਇਆ ਇਹ ਐਸੀ ਕੀ ਚੀਜ਼ ਹੈ ਐਕਚੁਅਲੀ ਜਦੋਂ ਅਸੀਂ ਇਹ ਜਾਣਿਆ ਜਦ ਮੈਂ ਇਹ ਜਾਣਿਆ ਕਿ ਮੈਂ ਆਤਮਾ ਹਾਂ ਤੇ ਅਦੇ ਅਗਲਾ ਬੰਦਾ ਵੀ ਆਤਮਾ ਹੈ ਹਾਂਜੀ ਸਾਰਿਆਂ ਦੀ ਆਪਣੀ ਆਪਣੀ ਜਰਨੀ ਹੈ ਹਾਂ ਹਾਂ ਇੱਕ ਅਸੀਂ ਜੋ ਹੋ ਕੇ ਹੋ ਗਿਆ ਹੈ ਉਹ ਫਿਰ ਹੋਣਾ ਹੈ ਅੱਛਾ ਸਾਰਾ ਗਿਆਨ ਜਦ ਰਿਪੀਟ ਹੁੰਦਾ ਹੈ ਦਿਮਾਗ ਵਿੱਚ ਰਿਵਾਈਜ਼ ਹੁੰਦਾ ਹੈ ਹਾਂ ਹਾਂ ਔਰ ਪਰਮਾਤਮਾ ਨਾਲ ਮੈਡੀਟੇਸ਼ਨ ਕਰਕੇ ਸ਼ਕਤੀ ਮਿਲਦੀ ਹੈ ਹਾਂ ਤੋ ਦੂਸਰਿਆਂ ਨੂੰ ਮਾਫ ਕਰਨਾ ਆਸਾਨ ਹੋ ਗਿਆ ਹਾਂ ਜੋ ਮੇਰੇ ਦਿਮਾਗ ਵਿੱਚ ਖਟਕਦੀ ਰਹਿੰਦੀ ਸੀ ਗੱਲਾਂ ਹਾਂ ਆਈ ਲੈਟ them go ਹੂੰ ਸੋ ਮੈਂ ਦੂਸਰਿਆਂ ਨੂੰ ਈਜ਼ੀਲੀ ਮਾਫ ਕਰ ਸਕੀ ਤੇ ਮੇਰੇ ਨਾਲ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਈਗੋ ਵੀ ਕਮ ਹੋ ਗਿਆ ਤਾਂ ਮੈਂ ਦੂਸਰਿਆਂ ਕੋਲੋਂ ਮਾਫੀ ਵੀ ਮੰਗ ਸਕੀ ਹੂੰ ਮਨੀ ਮੰਨ ਤੇ ਈਵਨ ਸਾਹਮਣੇ ਵੀ ਦਿਖ ਲੋ ਅਸੀਂ ਪ੍ਰਮਾਤਮਾ ਨੂੰ ਅਜੇ ਤੱਕ ਹਰ ਕੋਈ ਯਾਦ ਕਰਦੇ ਆਏ ਆ ਪਰ ਇੱਕ ਰਟੀ ਰਟਾਈ ਗੱਲ ਸੀਗੀ ਨਾ ਉਹ ਪੜਨ ਤੋਂ ਬਾਅਦ ਕੋਈ ਚੇਂਜਸ ਨਹੀਂ ਆਂਦਾ ਪਰ ਇੱਥੇ ਅਸੀਂ ਫੀਲ ਕਰਦੇ ਆ ਅਨੁਭਵ ਕਰਦੇ ਆ ਕਿ ਹਾਂ ਆਤਮਾ ਸੋਹ ਲ ਐ ਅਸੀਂ ਆ ਬਾਡੀ ਤਾਂ ਸਾਡੀ ਇੱਥੇ ਰਹਿ ਜਾਂਦੀ ਹੈ ਇੱਕ ਮਿੱਟੀ ਦਾ ਪੁੱਤਲਾ ਹੈ ਨਾ ਤਾਂ ਹੀ ਫਿਰ ਪਰਿਵਰਤਨ ਆਉਂਦਾ ਹੈ ਹਾਂਜੀ ਮੈਂ ਅਸੀਂ ਕਾਫੀ ਜਣਿਆਂ ਦਾ ਅਨੁਭਵ ਕਰ ਚੁੱਕੇ ਹਾਂ ਤੇ ਉਹਨਾਂ ਨੇ ਬਹੁਤ ਜਣਿਆਂ ਨੇ ਇਹੀ ਕਿਹਾ ਕਿ ਇੱਥੇ ਅਸੀਂ ਫੀਲ ਕਰਦੇ ਹਾਂ ਸੋ ਫੀਲ ਕਰਦੇ ਆ ਤੇ ਸਾਡੇ ਅੰਦਰ ਪਾਵਰ ਆਂਦੀ ਹੈ ਸਾਡੇ ਅੰਦਰ ਪਰਿਵਰਤਨ ਆਂਦਾ ਹੈ ਤੇ ਅਸੀਂ ਜੋ ਕਿਸੇ ਨੂੰ ਅਸੀਂ ਸੋਚਦੇ ਹੁੰਨੇ ਸੀ ਕਿ ਇਹਨਾਂ ਨੂੰ ਮੈਂ ਮਾਫ ਨਹੀਂ ਕਰਨਾ ਇਹਨਾਂ ਨੂੰ ਮੈਂ ਉਹਨਾਂ ਨੂੰ ਮਾਫ ਕਰ ਦਿੱਤਾ ਜਿਨ੍ਹਾਂ ਤੋਂ ਮਾਫੀ ਮੰਗਣੀ ਸੀ ਮੰਗ ਲਈ ਹੈ ਨਾ ਜੋ ਹੋ ਗਿਆ ਸੋ ਦਿੱਤ ਬਿੰਦੀ ਲਗਾ ਦਿੱਤੀ ਇਹ ਸਾਰੇ ਵੱਡੇ ਜਣਿਆਂ ਦਾ ਅਨੁਭਵ ਹੈਗਾ ਤੇ ਇਹ ਵਾਕਈ ਸਹੀ ਵੀ ਗੱਲ ਹੈ ਮੇਰਾ ਆਪ ਦਾ ਖੁਦ ਦਾ ਅਨੁਭਵ ਵੀ ਇਹੀ ਹੈ ਹਾਂਜੀ ਹੋਰ ਤੁਸੀਂ ਫਿਰ ਅੱਗੇ ਜਦੋਂ ਤੁਸੀਂ ਸੈਂਟਰ ਜਾਣਾ ਸ਼ੁਰੂ ਕਰ ਦਿੱਤਾ ਤੇ ਅੱਜ ਤੁਹਾਨੂੰ ਤਕਰੀਬਨ 5 ਸਾਲ ਹੋ ਗਏ ਨੇ ਹਾਂਜੀ ਸ਼ੁਰੂ 1-2 ਸਾਲ ਤੇ ਇਨਾ ਰੈਗੂਲਰ ਨਹੀਂ ਸੀਗਾ ਅੱਛਾ ਜੀ ਸੇ ਲਾਕਡਾਊਨ ਵਿੱਚ ਜ਼ੂਮ ਜਦ ਸ਼ੁਰੂ ਹੋਇਆ ਤੇ ਅਸੀਂ ਰੈਗੂਲਰ ਹੋ ਗਏ ਤੇ ਐਵਰੀ ਡੇ ਅਮ੍ਰਿਤ ਵੇਲਾ ਦੇ ਬਾਅਦ 5 ਵਜੇ 5:06 ਸਾਡੀ ਮੂਰਲੀ ਕਲਾਸ ਹੁੰਦੀ ਹੈ ਹੈ ਸਟਿਲ ਈਵਨ ਟੂਡੇ ਔਰ 1 ਘੰਟੇ ਕੀ 1 ਘੰਟੇ ਦੀ ਕਲਾਸ ਹੁੰਦੀ ਹੈ ਤੇ ਜ਼ੂਮ ਤੇ ਵੀਡੀਓ ਆਨ ਕਰਕੇ ਸਾਰੇ ਬੈਟਦੇ ਕਿਉਂਕਿ ਸਾਰੇ ਬੜੀ ਦੂਰ ਦੂਰ ਰਹਿੰਦੇ ਆ ਤੇ ਬੜਾ ਬੜਾ ਚੰਗਾ ਇੰਟਰੈਕਸ਼ਨ ਹੁੰਦਾ ਹੈ ਕੁਐਸਚਨ ਆਨਸਰਸ ਹੁੰਦੇ ਆ ਕੋਈ ਕਲੈਰਿਟੀ ਚਾਹੀਏ ਮੁਰਲੀ ਦੇ ਕੋਈ ਪੁਆਇੰਟ ਵਿੱਚ ਬਾਰੇ ਆ ਸੀ ਕੁਝ ਪੁੱਛਣਾ ਚਾਹੀਏ ਚਾਹਦੇ ਆ ਤਾਂ ਐਸੀ ਪੁੱਛ ਸਕਦੇ ਆ ਤੇ ਕੁਐਸਚਨ ਆਨਸਰਸ ਵੀ ਹੁੰਦੇ ਆ ਤਾਂ ਗਿਆਨ ਦੀ ਸਮਝ ਵੱਧਦੀ ਗਈ ਤੇ ਗਿਆਨ ਨੂੰ ਐਪਲਾਈ ਕਰਨਾ ਵੀ ਵੱਧਦਾ ਗਿਆ ਤੇ ਈਵਨ ਫਾਰ ਐਗਜ਼ਾਮਪਲ ਆਈਲ ਗਿਵ ਯੂ ਐਨ ਐਗਜ਼ਾਮਪਲ ਮੈਂ ਆਫਿਸ ਗਈ ਔਰ ਜਦ ਆਈ ਜਦ ਮੈਂ ਆਪਣੇ ਡਿਪਾਰਟਮੈਂਟ ਸੋ ਪਾਰਕਿੰਗ ਵਿੱਚ ਗਈ 10 ਮਿੰਟ ਦੀ ਵਾਕ ਸੀਗੀ ਧੁੱਪ ਵਿੱਚ ਤੇ ਪਾਰਕਿੰਗ ਵਿੱਚ ਪਹੁੰਚੀ ਤਾਂ ਮੈਂ ਦੇਖਿਆ ਮੈਂ ਪਰਸ ਤੇ ਨਹੀਂ ਆਈ ਨੀ ਪਰਸ ਉਹ ਮੈਂ ਡੈਸਕ ਤੇ ਛੋੜੀ ਹੋਈ ਮੈਂ ਉਹ ਨਹੀਂ ਲੰਚ ਬਾਕਸ ਚੁੱਕਿਆ ਸੀ ਸੋ ਗੱਲਾਂ ਕਰਦੀ ਕਰਦੇ ਮੈਂ ਆਪਣਾ ਪਰਸ ਭੁੱਲ ਗਈ ਇਸੇ ਮੇਰੇ ਕੋਲ ਚਾਬੀ ਨਹੀਂ ਸੀ ਸੋ ਆਈ ਹੈਡ ਟੂ ਗੋ ਬੈਕ ਠੀਕ ਹੈ ਹਾਂਜੀ ਧੁੱਪ ਵਿੱਚ ਅਗੇਨ ਬਟ ਬਿਕੋਜ਼ ਮੈਨੂੰ ਗਿਆਨ ਮਿਲਿਆ ਸੀ ਕਿ ਡਰਾਮਾ ਕल्याणकारी ਹੈ ਹਾਂਜੀ ਜੋ ਹੁੰਦਾ ਚੰਗਾ ਹੁੰਦਾ ਇੱਕ ਪਰਸੈਂਟ ਵੀ ਮੇਰਾ ਮੈਨੂੰ ਗੁੱਸਾ ਨਹੀਂ ਆਇਆ ਦੁੱਖ ਨਹੀਂ ਹੋਇਆ ਕੋਈ ਇਰਿਟੇਸ਼ਨ ਨਹੀਂ ਹੋਈ ਐਂਡ ਇੱਕਦਮ ਮੇਰੇ ਦਿਮਾਗ ਵਿੱਚ ਆਇਆ ਜੋ ਉਹ ਹੁੰਦਾ ਚੰਗਾ ਹੁੰਦਾ ਇਸ ਵਿੱਚ ਵੀ ਕੋਈ ਭਲਾਈ ਹੋएगी ਮੈਂ ਚੁੱਪਚਾਪ ਵਾਪਸ ਤੁਰ ਪਈ ਸੋ ਇਦਾਂ ਥੋੜੇ ਛੋਟੇ ਛੋਟੇ ਬਾਰੇ ਜਦੋਂ ਅਸੀਂ ਗਿਆਨ ਐਪਲਾਈ ਕਰਦੇ ਹਾਂ ਡੇ ਟੂਡੇ ਲਾਈਫ ਵਿੱਚ ਹਾਂਜੀ ਤੇ ਕਾਮਨਾਸ ਆਂਦੀ ਹੈ ਖੁਸ਼ੀ ਆਂਦੀ ਹੈ ਆ ਤੁਸੀਂ ਖੁਸ਼ ਹੋ ਤੇ ਤੁਸੀਂ ਦੂਸਿਆਂ ਨੂੰ ਵੀ ਖੁਸ਼ੀ ਵੰਡ ਸਕਦੇ ਹੋ ਬਿਲਕੁਲ ਸਹੀ ਹੈ ਛੋਟੀਆਂ ਛੋਟੀਆਂ ਗੱਲਾਂ ਬਹੁਤ ਜ਼ਿਆਦਾ ਇੰਪੈਕਟ ਪਾਉਂਦੀਆਂ ਨੇ ਹਨਾ ਛੋਟੀਆਂ ਛੋਟੀਆਂ ਜਿਨ੍ਹਾਂ ਨੂੰ ਅਸੀਂ ਗੋਲਦੇ ਵੀ ਨਹੀਂ ਆ ਲੋਕ ਸੋਚਦੇ ਸਾਡਾ ਨੈਚੁਰਲ ਬਿਹੇਵੀਅਰ ਆ ਸਾਰੇ ਕਰਦੇ ਆ ਅਸੀਂ ਵੀ ਕਰ ਲਿਆ ਤੇ ਕਿਹੜੀ ਗੱਲ ਹੈ ਤੁਹਾਨੂੰ ਵੀ ਪਹਿਲਾਂ ਇਹੋ ਹੀ ਲੱਗਦਾ ਹੋਏਗਾ ਪਰ ਹੁਣ ਜ਼ਮੀਨ ਆਸਮਾਨ ਦਾ ਫਰਕ ਆਂਦਾ ਹੈ ਸਭ ਨਾਲ ਹੈਨਾ ਤੇ ਕੀ ਤੁਸੀਂ ਆ ਲੋਕਾਂ ਨੂੰ ਕੀ ਸਜੈਸਟ ਕਰਨਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤੇ ਇਹ ਕਹਿਣਾ ਚਾਹਾਂਗੀ ਕਿ ਇਹ ਗਿਆਨ ਸਾਰਿਆਂ ਨੂੰ ਲੈਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਖੁਸ਼ ਰੱਖਾਂਗੇ ਪਰਮਾਤਮਾ ਨਾਲ ਕਨੈਕਟ ਕਰਕੇ ਸ਼ਕਤੀ ਭਰਾਂਗੇ ਤਾਂ ਹੀ ਅੱਜ ਦੀ ਜੋ ਮੁਸ਼ਕਿਲਾਂ ਆਏ ਉਹਨਾਂ ਨੂੰ ਫੇਸ ਕਰ ਪਾਵਾਂਗੇ ਤੇ ਦੂਸਰਿਆਂ ਨੂੰ ਵੀ ਹੈਲਪ ਕਰ ਸਕਾਂਗੇ ਆਪਣੇ ਬੱਚਿਆਂ ਨੂੰ ਕਿੱਦਾਂ ਹੈਲਪ ਕਰੀਏ ਆਪਣੇ ਹਸਬੰਦ ਨੂੰ ਕਿੱਦਾਂ ਹੈਲਪ ਕਰੀਏ ਜੇ ਸਾਡੇ ਵਿੱਚ ਸ਼ਕਤੀ ਨਹੀਂ ਹੋਏਗੀ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬੱਚੇ ਬੁੜੇ ਔਰ ਜਵਾਨ ਸਾਰਿਆਂ ਵਾਸਤੇ ਹੈ ਗਿਆਨ ਅੱਛਾ ਸਾਰਿਆਂ ਵਾਸਤੇ ਹੈਗਾ ਪਰ ਸਰ ਕੋਈ ਤਾਂ ਇਸ ਤਰ੍ਹਾਂ ਵਾਈਟ ਕਪੜੇ ਪਾ ਕੇ ਘੁੰਮ ਫਿਰਤ ਨਹੀਂ ਨਾ ਸਕਦਾ ਚਿੱਟੇ ਕਪੜੇ ਪਾ ਕੇ ਹੈਨਾ ਸਵੇਰੇ ਸਵੇਰੇ ਉੱਠ ਕੇ ਆਪਣਾ ਲਾਈਫ ਸਟਾਈਲ ਬਦਲ ਦੇ ਇਦਾਂ ਇਹ ਹੈ ਪੋਸੀਬਲ ਹੈ ਤੁਹਾਨੂੰ ਕੀ ਲੱਗਦਾ ਸੇ ਸਾਰਾ ਦਿਨ ਤੇ ਅਸੀਂ ਵਾਈਟ ਕਪੜੇ ਨਹੀਂ ਪਾਉਣੇ ਹੁੰਦੇ ਸੇ ਅਸੀਂ ਆਫਿਸ ਵੀ ਜਾਂਦੇ ਆ ਆਪਣੇ ਨਾਰਮਲ ਕਪੜੇ ਜੀਨਸ ਵਿਨਸ ਪੈਂਕੇ ਜਾਂਦੇ ਆ ਆਫਿਸ ਅਮ ਪਾਰਟੀਆਂ ਵਿੱਚ ਵੀ ਜਾਂਦੇ ਆ ਤਿਆਰ ਹੋ ਕੇ ਜਾਂਦੇ ਆ ਮੇਕਅਪ ਵੀ ਕਰਦੇ ਆ ਕਪੜੇ ਵੀ ਜੁਲਰੀ ਵੀ ਪਾਉਂਦੇ ਆ ਬਟ ਥਿਸ ਇਜ਼ ਅ ਯੂਨੀਫਾਰਮ ਵਾਈਟ ਸੋ ਜਦ ਅਸੀਂ ਸੈਂਟਰ ਜਾਂਦੇ ਆਂ ਤਾਂ ਅਸੀਂ ਵਾਈਟ ਪਾਉਂਦੇ ਆਂ ਜਦ ਅਸੀਂ ਮੁਰਲੀ ਪੜਦੇ ਆਂ ਤਾਂ ਅਸੀਂ ਵਾਈਟ ਪਾਉਂਦੇ ਆਂ ਲਾਈਕ ਇਟਸ ਅ ਸਕੂਲ ਸੈਂਟਰ ਤੁਹਾਡਾ ਜਿਵੇਂ ਸਕੂਲ ਹੈ ਹਾਂ ਸਕੂਲ ਮੇ ਜਿ세 ਸਕੂਲ ਵਿੱਚ ਜਿੱਦਾਂ ਡਿਸਪਲਿਨ ਹੁੰਦਾ ਹੈ 유ਨੀਫਾਰਮ ਹੁੰਦੀ ਹੈ ਪੜਾਈ ਹੁੰਦੀ ਹੈ ਇੱਥੇ ਵੀ ਡਿਸਪਲਿਨ ਹੈ ਟਾਈਮ ਵਿੱਚ ਟਾਈਮ ਤੇ ਜਾਣਾ ਹੈ ਮੁਰਲੀ ਰੋਜ਼ ਪੜ੍ਹਨੀ ਹੈ ਅਮ੍ਰਿਤ ਵੇਲਾ ਰੋਜ਼ ਕਰਨਾ ਹੈ ਪਰਮਾਤਮਾ ਨਾਲ ਕੈਰੈਕਟ ਕਰਨਾ ਹੈ ਤੇ ਹੋਮਵਰਕ ਕਰਨਾ ਹੈ ਜੋ ਵੀ ਮਿਲਦਾ ਹੈ ਤੇ ਵਾਈਟ ਕਪੜੇ ਆਪਣੀ 유ਨੀਫਾਰਮ ਵਿੱਚ ਆਉਣਾ ਹੈ ਅਜਾ ਸਕੂਲ ਨਾਲ ਤੁਸੀਂ ਕੰਪੇਅਰ ਕੀਤਾ ਹੈ ਕੰਪੇਅਰ ਕੀ ਹੈ ਰਿਲੇਟ ਕੀਤਾ ਤੁਸੀਂ ਕਹੇ ਸਕੂਲ ਹੀ ਹੈ ਸਾਡਾ ਸਕੂਲ ਵਿੱਚ ਵੀ 유ਨੀਫਾਰਮ ਦੇ ਵਿੱਚ ਵਿਦਿਆਰਥੀ ਜਾਂਦੇ ਨੇ ਪੜ੍ਹਾਈ ਪੜ੍ਹਦੇ ਨੇ ਤੇ ਉਹਨਾਂ ਨੂੰ ਪੜ੍ਹਾਈ ਪੜ੍ਹਦੇ ਨੇ ਇੱਕ ਉਹਨਾਂ ਦਾ ਬਿਲੀਫ ਹੁੰਦਾ ਹੈ ਕਿ ਅਸੀਂ ਕੱਲ ਨੂੰ ਆ ਪੜ੍ਹ ਲਿਖ ਕੇ ਵੱਡੇ ਹੋਵਾਂਗੇ ਤੇ ਕਿਸੇ ਅੱਛੇ ਅਹੁਦੇ ਉੱਤੇ ਕੰਮ ਕਰਾਂਗੇ ਅੱਛੀ ਕਮਾਈ ਕਰਾਂਗੇ ਸਾਡੀ ਲਾਈਫ ਅੱਛੀ ਚੱਲੇਗੀ ਇੱਥੋਂ ਤੁਹਾਨੂੰ ਕੀ ਕਮਾਈ ਹੁੰਦੀ ਹੈ ਕੀ ਤੁਹਾਡੀ ਪੜ੍ਹਾਈ ਕੀ ਹੈ ਤੁਸੀਂ ਥੋੜਾ ਬਹੁਤ ਦੱਸੋਗੇ ਸਾਨੂੰ ਸ ਸਕੂਲ ਜਾਂਦੇ ਆਂ ਤੇ ਇੱਕ ਜਨਮ ਵਾਸਤੇ ਕਮਾਈ ਹੁੰਦੀ ਹੈ ਸਤੂਲ ਚੀਜ਼ਾਂ ਦੀ ਪੈਸੇ ਪੁਸੇ ਬਟ ਇੱਥੇ ਜਿਹੜਾ ਗਿਆਨ ਮਿਲਦਾ ਹੈ ਉਹਦੇ ਨਾਲ ਪ੍ਰੈਜ਼ੈਂਟ ਦੀ ਕਮਾਈ ਵੀ ਹੁੰਦੀ ਹੈ ਵਿਚ ਇਸ ਖੁਸ਼ੀ ਸ਼ਾਂਤੀ ਸ਼ਕਤੀ ਹਾਂਜੀ ਔਰ ਫਿਊਚਰ ਦੀ ਵੀ ਕਮਾਈ ਹੁੰਦੀ ਹੈ ਅੱਛਾ ਤੇ ਹੁਣ ਤੁਸੀਂ ਆਪਣੇ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ ਆਪਣਾ ਆਸਟ੍ਰੇਲੀਆ ਦਾ ਵਿਦੇਸ਼ ਦਾ ਅਸੀਂ ਸਾਰੇ ਜਾਣਦੇ ਬੜੀ ਬਿਜ਼ੀ ਲਾਈਫ ਹੁੰਦੀ ਹੈ ਉੱਥੇ ਕਿ ਜੌਬ ਬਾਰੇ ਤੁਸੀਂ ਆਪਣਾ ਜੌਬ ਦੇ ਵਿੱਚ ਤੁਸੀਂ ਕਿਵੇਂ ਅਪਲਾਈ ਕਰਦੇ ਹੋ ਜੋ ਵੀ ਚੈਲੰਜਸ ਤੁਹਾਨੂੰ ਆਉਂਦੇ ਨੇ ਤੁਹਾਡੀ profession life ਦੇ ਵਿੱਚ ਤੇ ਤੁਸੀਂ ਜੋ ਵੀ ਸਿੱਖਦੇ ਹੋ ਰਾਜਯੋਗ ਮੈਡੀਟੇਸ਼ਨ ਤੋਂ ਉਹ ਕਿਵੇਂ ਉਸ ਨੂੰ ਉਹਦੇ ਵਿੱਚ ਅਪਲਾਈ ਕਰਦੇ ਹੋ ਆਸਟ੍ਰੇਲੀਆ ਵਿੱਚ ਮੈਂ ਇੱਕ ਰਿਸਰਚ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੀ ਆਂ ਇੱਕ ਯੂਨੀਵਰਸਿਟੀ ਵਿੱਚ ਮੋਨਾਸ਼ ਯੂਨੀਵਰਸਿਟੀ ਕਹਿੰਦੇ ਆ ਤੇ ਉੱਥੇ ਕੀ ਹੁੰਦਾ ਕਿ ਬਹੁਤ ਸਟੂਡੈਂਟਸ ਹੁੰਦੇ ਆ ਜੋ ਪੀ ਐਚ ਡੀ ਕਰ ਰਹੇ ਆ ਮਾਸਟਰਸ ਕਰਦੇ ਆ ਤੇ ਮੇਰਾ ਕੰਮ ਹੈ ਉਹਨਾਂ ਨੂੰ ਹੈਲਪ ਕਰਨਾ ਰਿਸਰਚ ਵਿੱਚ ਹਾਂਜੀ ਸ ਤੇ ਅਸੀਂ ਹਿਊਮਨ ਸਟੈਮ ਸੈਲਸ ਤੇ ਉੱਤੇ ਕੰਮ ਕਰਦੇ ਆਂ ਸਾਰੇ ਲੋਕੀ ਡਿਫਰੈਂਟ ਡਿਫਰੈਂਟ ਲੈਬਸ ਹੁੰਦੀਆਂ ਤੇ ਉੱਥੇ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਆਉਂਦੇ ਆਂ ਹਮ ਅਲੱਗ-ਅਲੱਗ ਸੰਸਕਾਰਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਉਹਨਾਂ ਨਾਲ ਇੰਟਰੈਕਟ ਕਰਦੇ ਆਂ ਤੇ ਸਾਨੂੰ ਸਮਝ ਆਂਦੀ ਹੈ ਕਿ ਬਿਕੋਜ਼ ਇਹ ਗਿਆਨ ਲੈਤਾ ਹੋਇਆ ਹੈ ਤੇ ਸਾਨੂੰ ਪਤਾ ਸਾਰੇ ਇੱਕੋ ਜਿਹੇ ਆ ਸਾਰੇ ਆਤਮਾ ਹੈ ਸਾਰੇ ਪਰਮਾਤਮਾ ਦੇ ਬੱਚੇ ਆ ਤੇ ਅਸੀਂ ਵੀ ਗੋ ਬਿਯੋਂਡ ਦੇਅਰ ਕਲਚਰ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਰਿਆਂ ਨਾਲ ਸਮਾਨ ਵਿਵਹਾਰ ਹੁੰਦਾ ਹੈ ਹਾਂਜੀ ਪਿਆਰ ਦਾ ਵਿਵਹਾਰ ਹੁੰਦਾ ਹੈ ਹੁੰਦਾ ਹੈ ਨਮਰਤਾ ਰਹਿੰਦੀ ਹੈ ਸਾਰਿਆਂ ਸਾਰੇ ਸਾਨੂੰ ਇੱਜ਼ਤ ਦਿੰਦੇ ਆ बिकॉज ਕੋਈ ਪੈਸ਼ੈਲਿਟੀ ਨਹੀਂ ਹੈ ਕੁਝ ਐਸੀ ਟਕਰਾਰ ਵੀ ਹੁੰਦੀ ਹੈ ਕੋਈ ਕਦੀ ਮਤਲਬ ਐਸੀ ਸਟੂਡੈਂਟਸ ਦੀ ਆਪਸ ਵਿੱਚ ਵਸੇ ਹੋ ਤਾਂ ਚਲੋ ਬੱਚਿਆਂ ਦੀ ਲੜਾਈ ਅਲੱਗ ਚੀਜ਼ ਹੈ ਪਰ ਤੁਸੀਂ ਅਗਲੇ ਉਹ ਰਿਸਰਚ ਫੈਲੋ ਨੇ ਉਹਨਾਂ ਦੀ ਜੇ ਅਗਰ ਕੁਝ ਹੁੰਦੀ ਹੈ ਤੋ ਤੂੰ ਮੈਂ ਮੈਂ ਟਕਰਾਰ ਵਗੈਰਾ ਉਹ ਤਾਂ ਕਾਫੀ ਵੱਡੇ ਲੈਵਲ ਜੰਦੀ ਹੋਏਗੀ ਐਸੀ ਹੁੰਦੀ ਹੈ ਵਸੇ ਉੱਥੇ ਵੀ ਬੜੇ ਮੈਨਰਡ ਵੇ ਨਾਲ ਹੁੰਦੀ ਹੈ ਤੇ ਉਹ ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਕਿ ਥਿਸ ਇਜ਼ ਰਾਈਟ ਥਿਸ ਇਜ਼ ਰੋਂਗ ਯੂ ਆਰ ਨਾਟ ਬਿਹੇਵਿੰਗ ਰਾਈਟ ਬਟ ਆ ਡੋਂਟ ਥਿੰਕ ਐਸਾ ਕੁਝ ਨਹੀਂ ਹੁੰਦਾ ਜੋ ਬਹੁਤ ਹੀ ਬੁਰਾ ਹੋ ਜਾਏ ਬਟ ਉਹਦੇ ਵਿੱਚ ਬਿਕੋਜ਼ ਨਾ ਹਸੀ ਮੈਂ ਗਿਆਨ ਲੈਂਦੇ ਹੋਇਆ ਤੇ ਮੈਂ ਜ਼ਿਆਦਾ ਵਿਚ ਨਹੀਂ ਵਰਦੀ ਉਹਨਾਂ ਉਹਨਾਂ ਦਾ ਆਪਸ ਦਾ ਕਾਰਮਿਕ ਅਕਾਊਂਟ ਹੈ ਮੈਂ ਉਹਨਾਂ ਨੂੰ ਗਾਈਡ ਕਰ ਸਕਦੀ ਹਾਂ ਮੈਂ ਉਹਨਾਂ ਨੂੰ ਸਲਾਹ ਦੇ ਸਕਦੀ ਆ ਮੈਂ ਉਹਦੇ ਵਿੱਚ ਵਿੱਚ ਨਹੀਂ ਵਰਦੀ ਤਾਂ ਕਿ ਮੈਨੂੰ ਕੋਈ ਪ੍ਰਭਾਵ ਵੀ ਨਹੀਂ ਹੁੰਦਾ ਕੁਝ ਵੀ ਹੋ ਜਾਏ ਕੋਈ ਵੀ ਐਸੀ ਆਪੋਜ਼ਿਟ ਸਿਚੁਏਸ਼ਨ ਆ ਜਾਂਦੀ ਹੈ ਵਿਪਰੀਤ ਪ੍ਰਸਥਿਤੀ ਤਾਂ ਉਹਦਾ ਤੁਹਾਡੇ ਉੱਤੇ ਪ੍ਰਭਾਵ ਨਹੀਂ ਆਉਂਦਾ ਕਿ ਕਈ ਆਪਾਂ ਦੇਖਦੇ ਆ ਕਿਸੇ ਨੂੰ ਦੇਖ ਕੇ ਨਾ ਆਪਣੇ ਵਿੱਚ ਉਹਨਾਂ ਦੇ ਟੈਨਸ਼ਨ ਆ ਜਾਂਦੀ ਹੈ ਗੁੱਸਾ ਆ ਜਾਂਦਾ ਹੈ ਨਾ ਆਪਣਾ ਵੀ ਉਹ ਜਿਹੜਾ ਆਪਾਂ ਸੰਤੁਲਨ ਬੈਲੈਂਸ ਆ ਖੋ ਦਿੰਦੇ ਆ ਤੇ ਤੁਹਾਨੂੰ ਇਹਨਾਂ ਗੱਲਾਂ ਦਾ ਪ੍ਰਭਾਵ ਨਹੀਂ ਪੈਂਦਾ ਹਾਂ ਕਾਫੀ ਹੱਦ ਤੱਕ ਬਹੁਤ ਚੰਗਾ ਹੋ ਗਿਆ ਹੈ ਕਿਉਂਕਿ ਗਿਆਨ ਐਪਲਾਈ ਕਰਨ ਵਾਸਤੇ ਜਦ ਕਰਦੇ ਹੈ ਤੇ ਬੜੀ ਸਟੇਬਿਲਿਟੀ ਆ ਜਾਂਦੀ ਹੈ ਲਾਈਫ ਵਿੱਚ ਸੇ ਪੁਰਾਣੇ ਜੋ ਵੀ ਮੈਂ ਪਹਿਲੇ ਸੋਚਦੀ ਸੀਗੀ ਬੜੀ ਫਲਕਚੂਏਟ ਕਰਦੀ ਸੀਗੀ ਹਾਂ 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 ਪਹਿਲੇ ਕੋਈ ਮੈਨੂੰ ਕੁਝ ਕਹਿ ਦਿੰਦਾ ਸੀ ਈਵਨ ਕੰਮ ਵਿੱਚ ਔਰ ਘਰ ਵਿੱਚ ਯਾ ਔਰ ਫਰੈਂਡਸ ਵਿੱਚ ਤੇ ਮੈਂ ਫਟਾਫਟ ਉਹਨੂੰ ਜਵਾਬ ਦਿੰਦੀ ਸੀ ਹਾਂ ਆਨਸਰ ਬੈਕ ਹਾਂ ਹਾਂ ਗੁੱਸੇ ਸੇ ਅੱਛਾ ਬਟ ਹੁਣ ਮੈਂ ਜਵਾਬ ਨਹੀਂ ਦਿੰਦੀ ਜੀ ਗੋ ਹਰਟ ਹੁੰਦੀ ਸੀ ਇਦਾਂ ਜਿੱਦਾਂ ਕਰ ਮੈਨੂੰ ਮਤਲਬ ਭਾਵੇਂ ਤੁਸੀਂ ਕੰਮ ਕੋਈ ਕਰ ਰਹੇ ਹੋ ਤੇ ਕੋਈ ਉਸਨੂੰ ਭਾਵੇਂ ਕਰੈਕਟ ਕਰਨ ਲਈ ਵੀ ਕਹਿ ਰਿਹਾ ਤੁਹਾਨੂੰ ਕਿ ਇਹਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਉਹ ਵੀ ਅੰਦਰ ਹੁੰਦਾ ਨਾ ਕਿ ਕਹੇ ਕੋਣ ਹੁੰਦਾ ਮੈਨੂੰ ਦੱਸਣ ਵਾਲਾ ਹੈ ਨਾ ਤੇ ਹੁਣ ਹੁਣ ਨਹੀਂ ਹੋ ਗੱਲ ਹੁਣ ਬਿਲਕੁਲ ਨਹੀਂ ਹੁੰਦਾ ਲੱਗਦਾ ਕਿ ਇਹ ਮੇਰੀ ਪਲਾਈ ਵਾਸਤੇ ਬੋਲ ਰਹੇ ਆ ਬੜੀ ਨਮਰਤਾ ਆ ਗਈ ਹੈ ਬਹੁਤ ਸ਼ਾਂਤੀ ਆ ਗਈ ਹੈ ਕਾਮਨੈਸ ਆ ਗਈ ਹੈ ਸਾਡੇ ਪੰਜਾਬੀਆਂ ਜਿਦਾ ਇਦਾਂ ਹੀ ਹੁੰਦਾ ਨਾ ਉਹਨੂੰ ਕਹੋ ਨਾ ਕਿਸ ਨੂੰ ਯਾਰ ਇਦਾਂ ਨਹੀਂ ਇਦਾਂ ਗੱਲਾਂ ਕਹਿੰਦਾ ਤੂੰ ਕਰ ਲੈ ਭਰਾ ਆਗੇ ਹੈ ਨਾ ਪਰ ਹੁਣ ਕਿੰਨਾ ਰਾਜਯੋਗ ਦਾ ਇਫੈਕਟ ਪੈਂਦਾ ਹੈ ਬਟ ਰਾਜਯੋਗ ਮੈਡੀਟੇਸ਼ਨ ਮੈਂ ਆਫਿਸ ਵਿੱਚ ਵੀ ਕਰਾਨੀ ਆ 15 ਮਿੰਟ ਜਦ 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 ਕਿ ਅਲਾਉਡ ਹੈ ਉਥੇ ਇਸ ਤਰ੍ਹਾਂ ਕਰਵਾਣਾ ਮੈਂ ਆਪਣੇ ਡਿਪਾਰਟਮੈਂਟ ਹੈਡ ਤੋਂ ਗੱਲ ਕੀਤੀ ਬਿਕੋਜ਼ ਦੇ ਆਰ ਆਲ ਵੈਰੀ ਬਿਜ਼ੀ ਮੈਂ ਪੁੱਛਿਆ ਕਿ ਮੈਡੀਟੇਸ਼ਨ ਕਰਾ ਸਕਦੀ ਆ ਮੈਂ ਆਈ ਵਾਂਟ ਟੂ ਡੂ ਇਟ ਬਿਕੋਜ਼ ਆਈ ਡੂ ਇਟ ਤਾਂ ਮੈਂ ਦੂਸਰੇ ਨੂੰ ਸਿਖਾਣਾ ਚਾਹੁੰਦੀ ਆ ਸੋ ਤੁਸੀਂ ਪਹਿਲੀ ਵਾਰ ਆਏ ਹੋ ਮਾਉਂਟਾਪੀ ਹਾਂਜੀ ਮਾਉਂਟਾ ਉਹ ਪਹਿਲੀ ਵਾਰ ਆਈ ਆਇਆ ਮੈਂ ਤੇ ਆਂਦੇ ਹੀ ਇਥੋਂ ਇਨਾ ਪਿਆਰ ਮਿਲਿਆ ਪਰਿਵਾਰ ਤੋਂ ਹਾਂਜੀ ਲੱਗਦਾ ਹੀ ਨਹੀਂ ਕਿ ਮੈਂ ਪਹਿਲੀ ਵਾਰ ਆਈ ਆ ਹਮ ਸਾਰੇ ਅੱਖਾਂ ਤੇ ਰੱਖਦੇ ਆ ਪਲਕਾਂ ਤੇ ਰੱਖਤੇ ਆ ਤੇ ਮੈਂ ਇਹ ਸੁਣਿਆ ਸੀਗਾ ਪਹਿਲੇ ਆਸਟ੍ਰੇਲੀਆ ਫ্রম ਫਿਊ ਪੀਪਲ ਕਿ ਜੇ ਜੋ ਤੁਹਾਡੀ ਚੁਆਇਸ ਹੁੰਦੀ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਹਾਂਜੀ ਪਰਮਾਤਮਾ ਤੁਹਾਨੂੰ ਉਹੀ ਸੇਵਾ ਦਿੰਦੇ ਆ ਉਹੀ ਕੰਮ ਵਿੱਚ ਪਾਉਂਦੇ ਆ ਹਮ ਮੈਂ بڑے ਲੋਕਿਆਂ ਤੋਂ ਸੁਣਿਆ ਸੀ ਤੇ ਮੈਂ ਸੋਚਿਆ ਓਕੇ ਮੈਂ ਮੈਨੂੰ ਪਤਾ ਹੀ ਨਹੀਂ ਮੈਂ ਕੀ ਚਾਹੁੰਦੀ ਆ ਐਕਚੁਅਲੀ ਬਟ ਜਦ ਮੈਨੂੰ ਪਰਮਾਤਮਾ ਨੇ ਮੌਕੇ ਦਿੱਤੇ ਪਰਫਾਰਮੈਂਸਿਸ ਕਰ ਰਹੇ ਨੇ ਡਾਂਸਿਸ ਕਰ ਰਹੇ ਨੇ ਜੋ ਸੈਲੀਬ੍ਰੇਸ਼ਨਸ ਵੀ ਬਹੁਤ ਹੁੰਦੀਆਂ ਨੇ ਰੋਜ਼ਾਨਾ ਜ਼ਿੰਦਗੀ ਤੋਂ ਹਟ ਕੇ ਹੈ ਨਾ हां ਜੋ ਲੋਕੀ ਸੋਚਦੇ ਕਿ ਬੋਰਿੰਗ ਹੈ ਬ੍ਰਹਮ ਕੁਮਾਰ ਇਸ ਵਿੱਚ ਬੜੀ ਸੈਲੀਬ੍ਰੇਸ਼ਨਸ ਹੁੰਦੀ ਹੈ ਆਸਟ੍ਰੇਲੀਆ ਵਿੱਚ ਬੜੀ ਸੈਲੀਬ੍ਰੇਸ਼ਨਸ ਹੁੰਦੀ ਹੈ ਦੀਵਾਲੀ ਮਨਾਉਂਦੇ ਆ ਸ਼ਿਵਰਾਤਰੀ ਮਨਾਉਂਦੇ ਆ ਰਾਖੀ ਮਨਾਉਂਦੇ ਆ ਡਾਂਸ ਗਾਣਾ ਸਭ ਹੁੰਦਾ ਹੈ ਬੜਾ ਅੱਛੇ ਵੇ ਨਾਲ ਸਾਦੇ ਵੀ ਨਾ ਸਪਿਰਚੁਅਲ ਵੇ ਨਾਲ ਜੋ ਬੜੀ ਅੰਦਰ ਖੁਸ਼ੀ ਦਿੰਦਾ ਜਿਹਨਾਂ ਥਕਾਵਟ ਨਹੀਂ ਹੁੰਦੀ ਹੈ ਨਾ ਬਿਲਕੁਲ ਬਾਕੀ ਸ਼ੋਰ ਸ਼ਰਾਬੇ ਦੀਆਂ ਪਾਰਟੀ ਨਾਲ ਤੇ ਥਕਾਵਟ ਦਿੰਦੀ ਹੈ ਸਾਡੀ ਆਤਮਾ ਨੂੰ ਵੀ ਫੀਲ ਹੁੰਦਾ ਪਰ ਇੱਥੇ ਬਹੁਤ ਅੱਛਾ ਤੁਹਾਨੂੰ ਬੜੀ ਰੂਹਾਨੀਅਤ ਨਾਲ ਸੈਲੀਬ੍ਰੇਸ਼ਨ ਹੁੰਦੀ ਹੈ ਤੇ ਇਹ ਤਾਂ ਜੀ ਬਹੁਤ ਅੱਛਾ ਹੈ ਜਿਹੜਾ ਚਖਦਾ ਉਹ ਹੀ ਜਾਣਦਾ ਹੈ ਹੈਨਾ ਅਸੀਂ ਤਾਂ ਸ਼ਬਦਾਂ ਨਾਲ ਥੋੜਾ ਬਿਆਨ ਕਰ ਸਕਦੇ ਆ ਤੇ ਬਹੁਤ ਅੱਛਾ ਲੱਗਾ ਤੁਹਾਨੂੰ ਸੁਣ ਕੇ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਦੋਸਤੋ ਸੁਣਿਆ ਤੁਸੀਂ ਸ਼ੀਤਲ ਜੀ ਦਾ ਅਨੁਭਵ ਕਿ ਕਿਵੇਂ ਉਹਨਾਂ ਦੀ ਲਾਈਫ ਸਟਾਈਲ ਨੂੰ ਯੋਗ ਤੇ ਮੈਡੀਟੇਸ਼ਨ ਨੇ ਬਿਲਕੁਲ ਬਦਲ ਕੇ ਰੱਖ ਦਿੱਤਾ ਕਿੱਥੇ ਉਹ ਦੂਸਰਿਆਂ ਨਾਲ ਆਪਣਾ ਕੰਪੈਰੀਸਨ ਕਰਦੇ ਰਹਿੰਦੇ ਸੀ ਤੇ ਆਪਣੇ ਆਪ ਨੂੰ ਇੱਕ ਅੰਨੀਵਾ ਮਹਿਸੂਸ ਕਰਦੇ ਸਨ ਪਰ ਹੁਣ ਹੁਣ ਰਾਜਯੋਗ ਤੇ ਮੈਡੀਟੇਸ਼ਨ ਨਾਲ ਉਹਨਾਂ ਦੀ ਆਤਮਾ ਦੇ ਵਿੱਚ ਸ਼ਕਤੀ ਆਈ ਹੈ ਉਹਨਾਂ ਨੂੰ ਸੱਚੀ ਖੁਸ਼ੀ ਦਾ ਪਤਾ ਚੱਲਿਆ ਹੈ ਕਿ ਜੋ ਅਸਲੀ ਖੁਸ਼ੀ ਹੈ ਉਹ ਬਾਹਰ ਦੀਆਂ ਚੀਜ਼ਾਂ ਵਿੱਚ ਨਹੀਂ ਹੈ ਬਿਲਕੁਲ ਸਾਡੇ ਅੰਦਰ ਹੀ ਹੈ ਇਸ ਲਈ ਕਿਹਾ ਵੀ ਹੈ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸਾਡੇ ਗੁਰੂਆਂ ਨੇ ਵੀ ਕਿਹਾ ਹੈ ਤੇ ਅਸੀਂ ਵੀ ਇਹੀ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਭਾਵੇਂ ਫੋਲੋ ਨਾ ਕਰੋ ਪਰ ਇੱਕ ਵਾਰੀ ਜ਼ਰੂਰ ਸੁਣੋ ਇਸ ਰਾਜੋਗ ਤੇ ਮੈਡੀਟੇਸ਼ਨ ਦਾ ਅਭਿਆਸ ਕਰੋ ਹੁਣ ਤਾਂ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਸਾਡੇ ਚੈਨਲ ਦੇਖ ਸਕਦੇ ਹੋ ਆਨਲਾਈਨ ਜ਼ੂਮ ਉੱਤੇ ਵੀ ਕਰ ਸਕਦੇ ਹੋ ਤਾਂ ਐਸੇ ਉਮੀਦ ਨਾਲ ਤੁਹਾਡ ਤੋਂ ਫਿਰ ਤੋਂ ਵਿਦਾ ਲੈਨੇ ਆ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕਾਲੀਵੁੱਡ ਸਟੂਡੀਓ ਸ਼ਾਂਤੀਵੰਤ ਮੋਬਾਈਲ ਨੰਬਰ 8094993487 ਈਮੇਲ ਪੰਜਾਬੀ.gws@gmail.com